ਤਰਨਤਾਰਨ ਦੇ ਸਿਵਲ ਹਸਪਤਾਲ ਦੇ ਮੇਨ ਗੇਟ ਦੇ ਬਿਲਕੁਲ ਸਾਹਮਣੇ ਗੁਰਾਇਆ ਮੈਡੀਕਲ ਸਟੋਰ ਤੋਂ ਇੱਕ ਨਿਹੰਗ ਸਿੰਘ ਇੱਕ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਿਆ, ਜਿਸ ਦੀ ਹਰਕਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਾਇਆ ਮੈਡੀਕਲ ਸਟੋਰ ਦੇ ਫਾਰਮਿਸਟ ਵਜੋਂ ਕੰਮ ਕਰਦੇ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਤਰ੍ਹਾਂ ਆਪਣਾ ਮੋਟਰਸਾਈਕਲ ਬਾਹਰ ਖੜਾ ਕਰਕੇ ਦੁਕਾਨ ਅੰਦਰ ਚਲਾ ਗਿਆ ਸੀ ਤੇ ਇੰਨੇ 'ਚ ਉਸਨੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਇੱਕ ਅੰਮ੍ਰਿਤਧਾਰੀ ਨਿਹੰਗ ਸਿੰਘ ਉਸਦਾ ਮੋਟਰਸਾਈਕਲ ਉੱਪਰ ਬੈਠ ਗਿਆ ਤੇ ਚਾਬੀਆਂ ਨਾਲ ਖੋਲ ਕੇ ਉਸਦੇ ਮੋਟਰਸਾਈਕਲ ਨੂੰ ਲੈ ਗਿਆ ਤੇ 9:00 ਹੋ ਗਿਆ, ਜਿਸ ਵਿੱਚ ਉਹਨਾਂ ਨੇ ਇਸ ਦੀ ਸੂਚਨਾ ਤਰਨ ਤਾਰਨ ਦੇ ਪੁਲਿਸ ਸਟੇਸ਼ਨ 'ਚ ਦਰਜ ਕਰਵਾ ਦਿੱਤੀ ਹੈ। ਇਸ ਤੋਂ ਨਵਦੀਪ ਸਿੰਘ ਨੇ ਦੁਖੀ ਮਨ ਦੱਸਿਆ ਕਿ ਉਸਨੂੰ ਮੋਟਰਸਾਈਕਲ ਚੋਰੀ ਹੋਣ ਦਾ ਇੰਨਾ ਦੁੱਖ ਨਹੀਂ ਹੈ ਕਿ ਜਿੰਨਾ ਕਿ ਇੱਕ ਅੰਮ੍ਰਿਤਧਾਰੀ ਨਿਹੰਗ ਸਿੰਘ ਵੱਲੋਂ ਮੋਟਰਸਾਈਕਲ ਚੋਰੀ ਕਰਨ ਦਾ ਦੁੱਖ ਹੈ। ਮੈਂ ਡੇਲੀ ਰੂਟੀਨ ਦੀ ਤਰ੍ਹਾਂ ਆਪਣੀ ਡਿਊਟੀ 'ਤੇ ਆਇਆ ਅਤੇ ਸਰ ਇੱਥੇ ਅੱਜ ਵਰਕਿੰਗ ਡੇ ਹੋਣ ਕਰਕੇ ਕਾਫੀ ਭੀੜ ਭੜਕਾ ਸੀ, ਬਿਜ਼ੀ ਹੋਣ ਕਰਕੇ ਜਦ ਮੈਂ 12 ਵਜੇ ਦੇਖਿਆ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ, ਨਹੀਂ ਸੀ ਆਪਣੀ ਜਗ੍ਹਾ 'ਤੇ। ਅਸੀਂ ਆਪਣੇ ਮੈਡੀਕਲ ਸਟੋਰ ਦੀ ਸੀਸੀਟੀਵੀ ਫੁਟੇਜ ਦੇਖੀ, ਉਹਦੇ ਵਿੱਚ ਦੇਖਿਆ ਕਿ ਇੱਕ ਨਿਹੰਗ ਸਿੰਘ ਉਸ ਨੂੰ ਚੋਰੀ ਕਰ ਲਿਆ ਔਰ ਮੈਂ ਪੁਲਿਸ ਪਾਸੋਂ ਚਾਹੁੰਦਾ ਕਿ ਤਫਤੀਸ਼ ਕੀਤੀ ਜਾਵੇ। ਮੋਟਰਸਾਈਕਲ ਨੰਬਰ ਕਿੰਨਾ? PB 40 PG 193। ਸਰ ਫਿਲਮ ਸਟਾਈਲ 'ਤੇ ਸਰ ਇੱਕ 3 ਚਾਬੀਆਂ ਲਗਾਈਆਂ, ਚੌਥੀ ਚਾਬੀ 'ਤੇ ਮੋਟਰਸਾਈਕਲ ਲੋਕ ਖੁੱਲ੍ਹ ਗਿਆ ਔਰ ਲੈ ਗਿਆ। ਸਟਾਰਟ ਕਰਕੇ ਲੈ ਗਿਆ ਕਿ ਤੁਰ ਕੇ ਲੈ ਗਿਆ? ਤਾਂ ਤੁਰ ਕੇ ਰੇਡ ਕੇ ਸਟਾਰਟ ਨਹੀਂ ਮੋਟਰਸਾਈਕਲ ਹੋਇਆ। ਹਾਣੇ ਰਿਪੋਰਟ ਕੀਤੀ ਹੋਈ ਆ ਔਰ ਮੈਂ ਚਾਹੁੰਦਾ ਵਾਂ ਕਿ ਇਹ ਤਫਤੀਸ਼ ਕੀਤੀ ਜਾਵੇ ਔਰ ਇਹਨਾਂ ਦੇ ਬੰਦੂਕਾਂ ਨੂੰ ਕਾਬੂ ਕੀਤਾ ਜਾਵੇ। ਜਾਗਤੀ ਲੈਣ ਲਈ ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ।